ਫੀਲਡ ਦੇ ਵਿੱਚ ਜੋ ਵੀ ਕੰਮ ਕਰਦੇ ਨੇ ਉਸ ਦੇ ਵਿੱਚ ਪ੍ਰੂਫ ਕਰ ਦਿੰਦੇ ਨੇ ਦੈਟ ਹੀ ਇਜ਼ ਦ ਬੈਸਟ ਸੋ ਰੇਡੂਆ 2018 ਦੇ ਵਿੱਚ ਰਿਲੀਜ਼ ਹੋਈ ਸੀ ਐਂਡ ਨਾਓ ਵੀ ਹੈਵ ਦ ਰੇਡੂਆ ਰਿਟਰਨਸ ਸੋ ਪ੍ਰੈਜ਼ੈਂਟ ਟਾਈਮ ਦੇ ਵਿੱਚ ਰਿਟਰਨਸ ਹੋ ਪਾਏਗਾ ਸਟਾਰਸ ਦਾ ਜਾਂ ਕੋਈ ਵੱਖਰੀ ਕਹਾਣੀ ਦੇਖਣ ਨੂੰ ਮਿਲੇਗੀ ਵਾਟਸ ਦੈਟ ਸੋ ਸਭ ਤੋਂ ਪਹਿਲਾਂ ਥੈਂਕ ਯੂ ਸੋ ਮਚ ਤੁਹਾਡਾ ਸਾਰਿਆਂ ਦਾ ਤੁਸੀਂ ਵਕਤ ਕੱਢ ਕੇ ਇੱਥੇ ਆਏ ਐਂਡ ਵੈਲ ਮੈਂ ਇਹ ਨਹੀਂ ਦੱਸ ਸਕਦਾ ਕਿ ਅਜੇ ਕਿ ਪ੍ਰੈਜ਼ੈਂਟ ਟਾਈਮ ਵਿੱਚ ਆਉਣਗੇ ਕਿ ਨਹੀਂ ਬਿਕੋਜ਼ ਦੈਟਸ ਦ ਸਕ੍ਰਿਪਟ ਇਜ਼ ਆਲ ਅਬਾਊਟ ਬਟ ਰੇਡੂਆ ਰਿਟਰਨਸ ਇੱਕ ਐਸੀ ਫਿਲਮ ਹੈ ਪੰਜਾਬੀ ਇੰਡਸਟਰੀ ਦੀ ਵਿਚ ਇਜ਼ ਦ ਓਨਲੀ ਸਾਇੰਸ ਫਿਕਸ਼ਨ ਬੇਸਡ ਫਿਲਮ ਔਰ ਟਾਈਮ ਟਰੈਵਲ ਦੇ ਉੱਤੇ ਹੈ ਅਤੇ ਜਿੱਦਾਂ ਕਿ ਰੇਡੂਆ 1 ਸੀ ਅਸੀਂ ਫਿਊਚਰ ਦੇ ਵਿੱਚ ਐਂਡ ਕੀਤਾ ਸੀ ਰੇਡੂਆ 1 ਨੂੰ 2255 2255 ਵਿੱਚ ਔਰ ਸਾਡੀ ਫਿਲਮ ਵੀ ਉਸੇ ਸੀਕੁਅਲ ਤੋਂ ਸ਼ੁਰੂ ਹੋ ਰਹੀ ਹੈ ਜਿੱਥੋਂ ਐਂਡ ਹੋਈ ਸੀ ਸੋ ਉਸ ਤੋਂ ਬਾਅਦ ਸਭ ਤੋਂ ਵੱਡਾ ਇਹਦੇ 'ਚ ਫੈਕਟਰ ਹੈ ਕਿ ਮੈਂ ਬਹੁਤ ਵੱਡੇ ਦੋ ਏਰਾਸ ਨੂੰ ਇਹਦੇ 'ਚ ਦਿਖਾਉਣ ਜਾ ਰਿਹਾ ਜੋ ਕਿ ਇੱਕ ਚੈਲੰਜ ਵੀ ਐਜ਼ ਅ ਡਾਇਰੈਕਟਰ ਮੇਰੇ ਲਈ ਐਜ਼ ਅ ਰਾਈਟਰ ਬਟ ਪ੍ਰੋਬਬਲੀ ਤੁਹਾਡਾ ਸਾਰਿਆਂ ਦਾ ਸਾਥ ਹੈ ਐਂਡ ਵੀ ਹੈਵ ਗਾਟ ਅ ਬ੍ਰਿਲੀਅੰਟ ਟੀਮ ਵਿਦ ਅਸ ਇਹ ਚੀਜ਼ ਬਹੁਤ ਸੋਹਣੀ ਨਿਕਲ ਕੇ ਆਏਗੀ ਔਰ 2255 ਤੋਂ ਹੁਣੇ 1000 ਸਾਲ ਪਿੱਛੇ 955 ਵਿੱਚ ਪਹੁੰਚਣ ਵਾਲੇ ਨੇ ਔਰ ਇੱਕ ਅਲੱਗ ਹੀ ਐਰਾ ਆਡੀਅੰਸ ਨੂੰ ਸਿਨੇਮਾ ਦੇ ਵਿੱਚ ਦੇਖਣ ਨੂੰ ਮਿਲੇਗਾ ਸਭ ਤੋਂ ਵੱਡਾ ਇਹਦਾ ਇੱਕ ਫੈਕਟਰ ਜੋ ਹੈ ਸਾਡੀ ਸਟਾਰਕਾਸਟ ਤੇ ਹੈ ਹੀ ਹੈ ਅਫਕੋਰਸ ਅਸੀਂ ਚਾਰ ਜੋ ਕੁਕੀ ਭਾਜੀ ਮੈਂ ਬੀ ਐਨ ਸ਼ਰਮਾ ਜੀ ਸੱਤੀ ਜੀ ਅਸੀਂ ਤੇ ਟਾਈਮ ਟਰੈਵਲਰਸ ਹੈ ਹੀ ਹਾਂ ਇਹਦੇ ਨਾਲ ਨਾਲ ਮਾਹਿਰਾ ਜੋ ਇੱਕ ਬਹੁਤ ਵੱਡਾ ਫੈਕਟਰ ਐਡ ਆਨ ਕਰ ਰਹੇ ਨੇ ਇਹਦੇ ਵਿੱਚ ਜੋ ਕਿ ਇੱਕ ਪ੍ਰਿੰਸੈਸ ਦਾ ਰੋਲ ਪਲੇ ਕਰ ਰਹੇ ਨੇ ਔਰ ਉਹ ਬਹੁਤ ਹੀ ਅਲੱਗ ਅਵਤਾਰ ਵਿੱਚ ਦਿਖੇਗੀ ਤੁਹਾਨੂੰ ਔਰ ਇਹਨਾਂ ਤੋਂ ਵੀ ਉੱਤੇ ਦ ਗ੍ਰੇਟ ਖਲੀ ਜੋ ਕਿ ਪਹਿਲੀ ਵਾਰ ਪੰਜਾਬੀ ਸਿਨੇਮਾ ਦੇ ਵਿੱਚ ਆ ਰਹੇ ਨੇ ਔਰ ਉਹ ਬਹੁਤ ਹੀ ਕਮਾਲ ਦਾ ਰੋਲ ਇੱਕ ਪਲੇ ਕਰ ਰਹੇ ਨੇ ਖਲੀ ਜਿਹਨੂੰ ਬੱਚਿਆਂ ਤੋਂ ਲੈ ਕੇ ਵੱਡੇ ਬਹੁਤ ਪਸੰਦ ਕਰਦੇ ਨੇ ਔਰ ਕਰਨਗੇ ਵੀ ਐਂਡ ਆਈ ਜਸਟ ਵਾਂਟ ਟੂ ਸੇ ਦੈਟ ਰੇਡੂਆ ਰਿਟਰਨ ਪਹਿਲੀ ਐਸੀ ਫਿਲਮ ਹੈ ਜੋ ਇੰਟਾਇਰਲੀ ਸੀ ਜੀ ਆਈ ਉੱਤੇ ਬਣ ਰਹੀ ਹੈ ਵੀ ਐਫ ਐਕਸ ਉੱਤੇ ਇਸ ਫਿਲਮ ਦੇ ਵਿੱਚ ਜਿੱਦਾਂ ਦਾ ਵੀ ਐਫ ਐਕਸ ਕੀਤਾ ਜਾ ਰਿਹਾ ਹੈ ਉਹ ਪੰਜਾਬੀ ਸਿਨੇਮਾ ਜਾਂ ਮੈਂ ਕਹਿੰਦਾ ਬਾਲੀਵੁੱਡ ਜਾਂ ਸ਼ਾਇਦ ਸਾਊਥ ਇੰਡਸਟਰੀ ਦੇ ਲੈਵਲ ਦਾ ਹੈ ਸੋ ਅਸੀਂ ਬਜਟ ਨੂੰ ਥੋੜਾ ਸਾਈਡ ਰੱਖ ਕੇ ਇੱਕ ਬ੍ਰਿਲੀਅੰਟ ਪ੍ਰੋਡਕਟ ਦੇਣਾ ਚਾਹੁੰਦੇ ਹਾਂ ਇਸ ਇੰਡਸਟਰੀ ਨੂੰ ਇਹੀ ਸੋਚ ਮੇਰੀ ਤੇ ਅਨਿਲ ਜੀ ਦੀ ਵੀ ਹੈ ਅਨਿਲ ਸ਼ਰਮਾ ਜੀ ਜੋ ਨਾਲ ਪ੍ਰੋਡਿਊਸ ਕਰ ਰਹੇ ਨੇ ਕਿਉਂਕਿ ਉਹ ਇੱਕ ਆਈਟੀ ਇੰਡਸਟਰੀ ਤੋਂ ਨੇ ਔਰ ਜਦੋਂ ਅਸੀਂ ਇਹ ਫਿਲਮ ਇਕੱਠੇ ਪਲਾਨ ਕੀਤੀ ਇਹਦਾ ਸੀਕੁਅਲ ਤੇ ਸਭ ਤੋਂ ਪਹਿਲੀ ਗੱਲ ਇਹੀ ਆਈ ਸੀ ਕਿ ਟੈਕਨੀਕੈਲਿਟੀ ਨੂੰ ਪੰਜਾਬੀ ਇੰਡਸਟਰੀ ਦੇ ਵਿੱਚ ਸਭ ਤੋਂ ਉੱਤੇ ਲੈ ਕੇ ਆਇਆ ਜਾਵੇ ਸੋ ਇਹ ਫਿਲਮ ਜੋ ਸਾਰੀਆਂ ਖੂਬੀਆਂ ਨੇ ਐਂਡ ਆਈ ਹੋਪ ਯੂ ਆਲ ਗੋਇੰ ਟੂ ਲਾਈਕ ਇਟ ਸੋ ਫਿਲਮ ਬਾਰੇ ਆਪਾਂ ਗੱਲ ਕਰ ਲਈਏ ਐਂਡ ਗੁਰਪ੍ਰੀਤ ਕੁਗੀ ਜੀ ਸਾਨੂੰ ਜੁਆਇਨ ਕਰ ਚੁੱਕੇ ਨੇ ਸਤਿ ਸ਼੍ਰੀ ਅਕਾਲ ਸਰ ਬਹੁਤ ਬਹੁਤ ਸਵਾਗਤ ਹੈ ਤੁਹਾਡਾ ਸੋ ਐਜ਼ ਯੂ ਸੇਡ ਕਿ ਇਸ ਫਿਲਮ ਦੀ ਕਹਾਣੀ ਜਿਹੜੀ ਆ ਉੱਥੋਂ ਹੀ ਕੰਟੀਨਿਊ ਹੋਏਗੀ ਲੇਕਿਨ ਨਵੇਂ ਨਵੇਂ ਕਿਰਦਾਰ ਜਿਹੜੇ ਨੇ ਇਸ ਫਿਲਮ ਦੀ ਕਹਾਣੀ ਦੇ ਵਿੱਚ ਇੰਟਰੋਡਿਊਸ ਕਰਵਾਏ ਜਾਣਗੇ ਐਂਡ ਸਤਿੰਦਰ ਸਤੀ ਮੈਮ ਕਾਫੀ ਟਾਈਮ ਬਾਅਦ ਕਿਸੇ ਫਿਲਮ ਦੇ ਵਿੱਚ ਆਪਣੇ ਫੈਨਸ ਦੇ ਨਾਲ ਜੁੜੇ ਜਾ ਰਹੇ ਨੇ ਸੋ ਮੈਮ ਕੀ ਕਹਿਣਾ ਚਾਹੁੰਗੇ ਆਪਣੀ ਇਸ ਫਿਲਮ ਬਾਰੇ ਤੇ ਕਿਸ ਤਰ੍ਹਾਂ ਦਾ ਕੈਰੈਕਟਰ ਸਾਨੂੰ ਦੇਖਣ ਨੂੰ ਮਿਲੇਗਾ ਥੈਂਕ ਯੂ ਵੈਰੀ ਮਚ ਸਾਰਿਆਂ ਦਾ ਆਉਣ ਦੇ ਲਈ ਔਰ ਬੜੀ ਤਰੀਕੇ ਚ ਮਿਲਾ ਦਾ ਕਾਰਨ ਤੋਂ ਬਾਅਦ ਥੋੜਾ ਜਿਹਾ ਹਮ ਕਰਨਾ ਹੈ ਤੇ ਰਾਤਾ ਜਿਹੜਾ ਉਹ ਬੰਨਾ ਸ਼ੁਰੂ ਹੋਇਆ ਬੜਾ ਚੰਗਾ ਲੱਗਦਾ ਕਿ ਦੁਬਾਰਾ ਤੋਂ ਨਾਰਮਲ ਲਾਈਫ ਦੇ ਵਿੱਚ ਅਸੀਂ ਆਏ ਹਾਂ ਰੇਡੂਆ ਟੈਲੀਵਿਜ਼ਨ ਦੇ ਉੱਤੇ ਬਹੁਤ ਦੇਖੀ ਗਈ ਫਿਲਮ ਤੇ ਮੈਨੂੰ ਯਾਦ ਹੈ ਕਿ ਮੈਂ ਲੰਡਨ ਕੈਨੇਡਾ ਪ੍ਰੋਜੈਕਟ ਦੇ ਵਿੱਚ ਫੋਨ ਕੀਤਾ ਮੇਰੀ ਫਰੈਂਡ ਨੇ ਉੱਥੇ ਬੁਲਾਇਆ ਤੇ ਉਹਨਾਂ ਦਾ ਬੇਟਾ ਸਵਾਲ ਪੁੱਛ ਪੁੱਛ ਥੱਕ ਗਈਆਂ ਤੁਸੀਂ ਇਸ ਫਿਲਮ ਦੇ ਵਿੱਚ ਕੀ ਵੱਖਰਾ ਕਰ ਰਹੇ ਮਤਲਬ ਹਰ ਹਫ਼
ਹਫਤੇ ਤੁਹਾਡੀ ਇੱਕ ਨਵੀਂ ਫਿਲਮ ਦੀ ਅਨਾਉਂਸਮੈਂਟ ਹੋ ਰਹੀ ਹੈ। ਹਰ ਫਿਲਮ ਦੇ ਵਿੱਚ ਤੁਸੀਂ ਇੰਨੇ ਵੱਖਰੇ ਵੱਖਰੇ ਕਿਰਦਾਰਾਂ ਦੇ ਵਿੱਚ ਨਜ਼ਰ ਆ ਰਹੇ ਹੋ, ਆਪਣੇ ਫੈਨਸ ਨੂੰ ਹਰ ਵੀਕ ਐਂਟਰਟੇਨ ਕਰ ਰਹੇ ਹੋ। ਸੋ ਰੇਡਵਾ ਰਿਟਰਨਸ ਦੀ ਗੱਲ ਕਰੀਏ ਤਾਂ ਇਸ ਦੇ ਵਿੱਚ ਇੱਕ ਫਿਊਚਰ ਵਾਲੀ ਕਹਾਣੀ ਵੇਖਣ ਨੂੰ ਮਿਲ ਰਹੀ ਹੈ। ਸੋ ਪੀਰੀਓਡਿਕ ਡਰਾਮਾ ਫਿਲਮਾਂ ਦੇ ਵਿੱਚ ਅਸੀਂ ਤੁਹਾਨੂੰ ਬਹੁਤ ਵਾਰ ਦੇਖਿਆ, ਲੇਕਿਨ ਇਹ ਫਿਊਚਰ ਵਾਲੀ ਕਹਾਣੀ ਦੀ ਗੱਲ ਕਰੀਏ ਤਾਂ ਇਸ ਦੇ ਵਿੱਚ ਸਾਨੂੰ ਕਿਸ ਤਰ੍ਹਾਂ ਦਾ ਕਿਰਦਾਰ ਵੇਖਣ ਨੂੰ ਮਿਲੇਗਾ? ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਔਰ ਤੁਸੀਂ ਆਏ ਇੱਥੇ ਆਏ ਤੁਹਾਡਾ ਅਸੀਂ ਬਹੁਤ ਧੰਨਵਾਦੀ ਹੈ। ਦੇਖੋ ਗੱਲ ਇਸ ਤਰ੍ਹਾਂ ਹੈ ਕਿ ਮੈਂ ਤਾਂ ਇਕੱਲਾ ਇੱਕ ਆਪਣਾ ਰੋਲ ਕਰਦਾ ਹੈ, ਪਰ ਇੱਕ ਇਹ ਜਿਹੜੇ ਸਾਡੇ ਡਾਇਰੈਕਟਰ ਸਾਹਿਬ ਹੈ, ਰਾਈਟਰ ਹੈ, ਹੀਰੋ ਹੈ, ਇਹ ਡਿਪਾਰਟਮੈਂਟ ਸਾਂਭਦੇ ਹੈ, ਤਾਂ ਇਹਨਾਂ ਨੂੰ ਦੇਖ ਕੇ ਥੋੜ੍ਹਾ ਜਿਹਾ ਆਪਣੇ ਮਨ ਦੇ ਵਿੱਚ ਇਹ ਆਉਂਦਾ ਹੈ ਕਿ ਇੰਸਪਾਇਰ ਮਿਲਦਾ ਕਿ ਯਾਰ ਜਦੋਂ ਇੰਨੇ ਡਿਪਾਰਟਮੈਂਟ ਇਕੱਲਾ ਸਾਂਭਦਾ ਹੈ ਔਰ ਫਿਰ ਵੀ ਸੈੱਟ ਦੇ ਉੱਤੇ ਬਿਲਕੁਲ ਫੈਮਿਲੀ ਵਰਗਾ ਐਟਮੋਸਫੀਅਰ ਬਣਾ ਕੇ ਰੱਖਦੇ ਹੈ, ਅਤੇ ਅਸੀਂ ਵੀ ਇਸ ਤਰ੍ਹਾਂ ਥੋੜ੍ਹਾ ਹੋਰ ਆਪਣੇ ਅੰਦਰ ਇਸ ਤਰ੍ਹਾਂ ਦੀ ਕੁਆਲਿਟੀਜ਼ ਨੂੰ ਅਸੀਂ ਪੈਦਾ ਕਰੀਏ। ਬਾਕੀ ਰਹੀ ਜਿਹੜੀ ਰੋਲ ਕਰਨ ਦੀ, ਮੈਨੂੰ ਤਾਂ ਜੇ ਮੇਰੇ ਨਾਲ ਫਿਲਮ ਦੇ ਵਿੱਚ ਘੋਗੀ ਜੀ ਹੋਣ ਤਾਂ ਮੈਨੂੰ ਕੁਛ ਕਰਨ ਦੀ ਲੋੜ ਹੀ ਨਹੀਂ ਪੈਣੀ, ਕਿਉਂਕਿ ਇਹ ਥੋੜਾ ਮੋਬਾਈਲ ਪਿੱਛੇ ਕਰ ਲਓ, ਹਵਾਈ ਜਹਾਜ਼ ਹੈ ਕਿ ਇੱਕ ਇਕੱਲੇ ਮੈਨੂੰ ਨਹੀਂ ਸਾਰੀ ਟੀਮ ਨੂੰ ਲੈ ਕੇ ਉੱਡ ਸਕਦਾ। ਔਰ ਰਹੀ ਬਾਕੀ ਗੱਲ ਜਿਹੜੀ ਇਸ ਫਿਲਮ ਦੀ, ਉਹ ਜਦੋਂ ਪਹਿਲਾਂ ਰੇਡੂਆ ਕੀਤੀ ਸੀਗੀ ਉਦੋਂ ਲੋਕਾਂ ਨੇ, ਆਡੀਅੰਸ ਨੇ ਬਹੁਤ ਇੰਜੋਏ ਕੀਤਾ, ਖਾਸ ਕਰਕੇ ਬੱਚਿਆਂ ਨੇ, ਬੱਚਿਆਂ ਨੇ ਰੀਅਲੀ ਬਹੁਤ ਇੰਜੋਏ ਕੀਤੀ ਇਹ ਫਿਲਮ। ਔਰ ਮੈਨੂੰ ਲੱਗਦਾ ਹੈ ਕਿ ਫਿਲਮ ਮੇਕਿੰਗ ਦਾ ਮਕਸਦ ਹੀ ਇਹ ਹੋਣਾ ਚਾਹੀਦਾ ਹੈ ਕਿ ਥੋੜ੍ਹਾ ਬਹੁਤ ਅਸੀਂ ਸਮਾਜ ਨੂੰ, ਆਪਣੀ ਆਡੀਅੰਸ ਨੂੰ ਕੁਛ ਨਾ ਕੁਛ ਦੇ ਕੇ ਜਾਈਏ, ਕੁਛ ਐਜੂਕੇਟ ਕਰ ਸਕੀਏ। ਅਤੇ ਜੇ ਖਾਲੀ ਚੁਟਕਲੇਬਾਜ਼ੀ ਦੇ ਉੱਤੇ ਪੂਰੀ ਫਿਲਮ ਆ ਜਾਏ ਔਰ ਕੋਈ ਮੈਸੇਜ ਨਾ ਹੋਏ ਤਾਂ ਵੀ ਕੋਈ ਫਿਲਮ ਦਾ ਫਾਇਦਾ ਨਹੀਂ ਹੈ। ਇਸ ਤਰ੍ਹਾਂ ਹੁਣ ਇਹ ਜਿਹੜੀ ਇਹ 2 ਬਣ ਰਹੀ ਹੈ, ਇਹਦੇ ਬਾਰੇ ਮੈਨੂੰ ਜ਼ਿਆਦਾ ਨੌਲੇਜ ਨਹੀਂ, ਬਸ ਇਹ ਪਤਾ ਹੈ ਕਿ ਟਾਈਮ ਟਰੈਵਲ ਫਿਲਮ ਹੈ ਤਾਂ ਡੈਫੀਨੇਟਲੀ ਅਸੀਂ ਕਿਸੇ ਹੋਰ ਜਗ੍ਹਾ 'ਚ, ਪਰ ਖਾਸੀਅਤ ਗੱਲ ਇਹ ਹੈ ਕਿ ਆਪਾਂ ਜਿਹੜੀ ਚੀਜ਼ ਨੂੰ ਹਲੇ ਦੇਖਿਆ ਨਹੀਂ, ਇਮੈਜਿਨ ਕਰਨਾ ਤਾਂ ਬਹੁਤ ਦੂਰ ਦੀ ਗੱਲ ਹੈ, ਉਸ ਚੀਜ਼ਾਂ ਨੂੰ ਅਸੀਂ ਆਪਣੀ ਆਡੀਅੰਸ ਨੂੰ ਦਿਖਾਵਾਂਗੇ ਕਿ 1000 ਸਾਲ ਬਾਅਦ ਚੰਡੀਗੜ੍ਹ ਦੀ ਕਿਹੋ ਜਿਹੀ ਸੂਰਤ ਹੋਏਗੀ, ਲੋਕਾਂ ਦਾ ਬਿਹੇਵੀਅਰ, ਇੱਕ ਦੂਜੇ ਨਾਲ ਰਿਲੇਸ਼ਨਸ਼ਿਪ, ਇਹ ਕਿਸ ਤਰ੍ਹਾਂ ਦਾ ਹੋਏਗਾ, ਇਹ ਸਾਰੀ ਚੀਜ਼ਾਂ ਨੂੰ ਇਹਨਾਂ ਨੇ ਮੱਦੇ ਨਜ਼ਰ ਰੱਖਿਆ। ਔਰ ਫਿਰ ਜਦੋਂ ਪੁਰਾਣੇ ਚਲੇ ਜਾਂਦੇ ਹੈ, ਫਿਰ 1955 'ਚ ਚਲੇ ਜਾਂਦੇ ਹੈ, ਤਾਂ ਆਪਣੇ ਆਪ ਹੀ ਲੋਕਾਂ ਦੇ ਵਿੱਚ ਉਹ ਕੰਪੈਰੀਸਨ ਆਏਗਾ ਕਿ ਪੁਰਾਣੇ ਲੋਕ ਠੀਕ ਸੀਗੇ, ਉਹ ਸਮਾਂ ਠੀਕ ਸੀਗਾ, ਕਿ ਜਿਹੜੇ ਅਸੀਂ ਜ਼ਿਆਦਾ ਹੀ ਸੈਲਫ ਸੈਂਟਰਡ ਹੁੰਦੇ ਜਾ ਰਹੇ ਹੈ, ਪ੍ਰਕਿਰਤੀ ਤੋਂ, ਨੇਚਰ ਤੋਂ ਦੂਰ ਹੁੰਦੇ ਜਾ ਰਹੇ ਹੈ, ਅਸੀਂ ਨੇਚਰ ਦੀ ਬਿਲਕੁਲ ਕਦਰ ਨਹੀਂ ਕਰ ਰਹੇ, ਤਾਂ ਕਿ ਉਹ ਸਮਾਂ ਠੀਕ ਸੀ ਕਿ ਇਹ ਸਮਾਂ ਠੀਕ ਹੈ, ਇਸ ਤਰ੍ਹਾਂ ਦਾ ਲੋਕਾਂ ਨੂੰ ਉੱਤੇ ਅਸੀਂ ਛੱਡਾਂਗੇ ਕਿ ਤੁਸੀਂ ਡਿਸਾਈਡ ਕਰੋ ਕਿ ਕਿਹੋ ਜਿਹਾ ਤੁਹਾਨੂੰ ਸਮਾਂ ਚਾਹੀਦਾ। ਜ਼ਿਆਦਾ ਨਾ ਕਹਿੰਦੇ ਹੋਏ ਮੈਂ ਬਾਕੀ ਕਹਾਂਗਾ ਕਿ ਘੁੱਗੀ ਬਾਜੀ ਬੈਠੇ ਹੈ, ਐਕਟਰ ਵਾਸਤੇ ਹਮੇਸ਼ਾ ਹੀ ਹਰ ਚੀਜ਼ ਇੱਕ ਚੈਲੰਜ ਦੀ ਹੁੰਦੀ ਹੈ। ਇਸ ਪ੍ਰੋਜੈਕਟ ਵਾਸਤੇ ਥੈਂਕ ਯੂ ਸੋ ਮਚ ਜਿਹੜਾ ਰਿਲੀਜ਼ ਹੋਇਆ, ਬਟ ਆਪਾਂ ਇਸ ਪ੍ਰੋਜੈਕਟ ਬਾਰੇ ਗੱਲ ਕਰਾਂਗੇ ਕਿਉਂਕਿ ਇਹ ਮੇਰੇ ਵਾਸਤੇ ਇੱਕ ਰੋਲ ਬਹੁਤ ਹੀ ਵੱਡਾ ਚੈਲੰਜ ਹੈ ਮੇਰੇ ਲਈ, ਕਿਉਂਕਿ ਆਲਰੇਡੀ ਰੇਡੂਆ 1 ਨੇ ਕਾਫੀ ਅੱਛੇ ਹੱਦ ਤੱਕ ਸਿਕਸਰ ਮਾਰੇ ਨੇ, ਦੈਟਸ ਦਾ ਰੀਜ਼ਨ ਕਿ ਆਪਾਂ ਰੇਡੂਆ ਰਿਟਰਨਸ ਬਣਾ ਰਹੇ ਹਾਂ, ਔਰ ਸਾਰੀ ਟੀਮ ਰੇਡੂਆ ਦੀ ਆਲਰੇਡੀ ਪ੍ਰਦੀਪ ਬਾਜੀ, ਸ਼ਰਮਾ ਜੀ, ਸਤੀ ਜੀ, ਨਵ ਐਂਡ ਆਫਕੋਰਸ a very dear friend of mine and very respected Anup ji, jo always sadi background rehnde ne har project de,
सो बड़ी माण वाली गल है और बाकी गल है कि इस करैक्टर बारे मैं अगर गल करा तो ये मेरा एक ग्रे शेड है जिन्हें कि आप फुल एक तो नैगेटिव शेड होंगे और एक ग्रे शेड कर लें और इस करके मैं अपनी हूँ दाढ़ी भी ग्रे की हुई कमीज भी सो एक मजेदार करैक्टर है जो एक 2255 जो ये मैं मिलेगी तो फिर मैं इन्ना सारी इंटरैक्ट होऊंगा। वैसे मैं ज्यादा डिस्कलोज तो नहीं करना चाहता लेकिन इन्ना जरूर कहूंगा कि मेरे वास्ते चैलेंज है क्योंकि इन्होंने सारे आर्टिस्टों ना ये ऑलरेडी काम कर चुके हैं और मैं कर रहा हूँ। हाँ जब रेडुआ खराब होगी रिटर्न थ्री होगी उदो फिर मैं कोई मेरे वास्ते चैलेंज नहीं होगा कि उदो मैं ऑलरेडी इन्होंने आर्टिस्टों के नाल मिक्स हो जावगा। सो थैंक यू सो मच। थैंक यू मैम तुम मैंने इस टीम ने लाइक समझिया और इस टीम ने जोड़िया अपने प्रोडक्शन हाउस ना जोड़े एंड ऑल द बेस्ट। थैंक यू वेरी मच। थैंक यू अभी मैम बहुत ही गल होंगी जो अभी सारे एक प्यार करिए सत श्रीकाल बुलाने तो वालों भी एक हंगारा आ जाए तो अच्छी गल है। अल आप ही सत श्रीकाल कह रहे हैं। सत श्रीकाल जी सारे। थैंक यू सो मच। थैंक यू फ्रेंड्स। थैंक यू सोच के या फोर्सफुली कदे वखरा किरदार नहीं करना चाहिए ना ही मैं कदे करन दी कोशिश करना। जो रिक्वायरमेंट हुंदी है करैक्टर दी ओही करना चाहिए। और इस फिल्म दे विच सब तो बड़ा थ्रिल मेरे वास्ते की है जो असीं पिछली भी की थी रेडियो रेडुआ जिहड़ी पहली फिल्म सी साडी उहदा सीक्वल है। जिहड़ी चीज़ मैनूं सब तो बेस्ट लगती है फिल्मां असीं रोज़ करते हैं साढ़े मीडिया वाले भी इस गल नाल सहमत होणगे कि सिनेमा किते ना किते जाके स्टेल हो जाता है और होना शुरू हो गया सी पिछे पर कुछ वरायटी आई सिनेमे दे विच कोई जॉनर नवे ट्राई किए गए उन्होंने सिनेमा दोबारा अपना रंग फड़िया। ये वक्री गल है कि कोविड ने सानू दोबारा एक बार साड़ी ड्रॉमिंग की। बट द बेस्ट थिंग कि जो अलग अलग जॉनर ट्राई हो रहे थे सिनेमा दे सिनेमा स्टेल होने तो बचाया जा रहा सी उदों नव एक फ्रैशनेस लैके आया सी साइंस फिक्शन एक टाइम ट्रैवल दी फिल्म लैके आया सी रेडुआ। और ऑनेस्टली कई लोगों लिए बड़ा अचंबा सी कईयां नूं लगा ये किवें बन सकती है कईयां नूं बन गई तो हजम नहीं हुई उन्हें लगा भी ये किवें बना दी इन्होंने साइंस फिक्शन। उधर छोटे छोटे नुक्स भी करते टैक्निकली उन्होंने ए नहीं पता कि असी बॉलीवुड के या हॉलीवुड के कह लिए हजार करोड़ों के बजट के नाल असी अपने को 5-7 करोड़ का टक्कर लै रहे हैं। उन्हां कोल तोपा ने रॉकेट लॉन्चर ने असी गलेल नाल खेडते पे हैं फिर भी देखो पंजाबी च एक नवी चीज़ की। सो मैनू सब तो ज्यादा चंगा नाम नाल काम करके की लगता है कि यंग मेकर है एक बहुत यूथफुल थॉट दे नाल काम करन आया और टाइम टू टाइम मैच्योरिटी गेन की थी। जिन्ना अज मैच्योर है 4 साल पहले उन्ना नहीं सी माइंड ना करी। सो मैच्योरिटी जिहड़ी सिनेमे चो अपने काम चो अपने कसब चो बंदा लैंदा है ना वो किसी किताब चो नहीं मिलती वो किसी आर्टिकल नूं पढ़ के नहीं कदे मिलती तुहानूं किसी इंस्टीट्यूट च जाके नहीं मिलती। सो असी ब्लैसड हाँ कि साढ़े को यंग मेकरस आए जे टाइम टू टाइम अपने आप को ग्रूम कर रहे हैं। और द बेस्ट थिंग आई लाइक इन नव ही ऑलवेज थिंक्स आउट ऑफ द बॉक्स। सो सिनेमा आउट ऑफ द बॉक्स सोचने का नाम है। सिनेमा नाम वो नहीं है कि पैसे बनाने की मशीन है कि इन्ने पैसे ला ले इन्ने बना ले वो तुसी बिजनेसमैन अच्छे हो सकते हो अच्छे मेकर नहीं हो सकते। तुसी घर नूं अपने बैंक अकाउंट नूं कॉन्ट्रीब्यूट कर रहे हो सिनेमे नूं कॉन्ट्रीब्यूट नहीं कर रहे थिएटर नूं एंटरटेनमेंट नूं ऑडियंस नूं पब्लिक नूं कॉन्ट्रीब्यूट नहीं कर रहे। सो इस गल्ल च मैं ना उहनां दी तारीफ करदा कि सिनेमे नूं कॉन्ट्रीब्यूट कर रहे ऑडियंस नूं नवां सिनेमा दे रहे कॉन्ट्रीब्यूशन है।
घर तक कॉन्ट्रीब्यूशन देना ही होंगे, ब्रैड एंड बटर साड़ी सारे की प्रॉब्लम है, पर तुसी पैसा भी बनाओ पर अच्छी फिल्म भी बनाओ, दैट इज मोर इंपॉर्टेंट। तो मैं ये मजा इस गल का आना कि असी रेडुआ वन बहुत इंजॉय किया, जड़िया कि थोड़िया बहुत कमियां रह गई सी बजट करके, ऐतकी प्रोड्यूसर्स इन्होंने नाल जो जुड़े ने वो बड़े वधिया जुड़े ने, और उन्होंने कहा कि अच्छा काम करो, खुल के काम करो, आपां पंजाबी दे विच एक मिसाल ही और फिल्म बनानी है, लोकी देख के ना कहन कि पंजाबी किसी वालों घट नहीं। सो दैट वॉज द ओनली थिंग वेयर वी वर लैकिंग, वो साडा जिहड़ा वो भी जिहड़ा घाटा सी पूरा हो गया। तो मैं 100% अपनी दिली दुआवां भी देना पर गारंटी भी देना कि आप सारे हार्ड वर्क करांगे और असीं बहुत अच्छी फिल्म डिलीवर करांगे ऑडियंस नूं, ऑल द वेरी बेस्ट। और सतिंदर जी मैनूं बड़ी खुशी है कि असल च तां साडी आर्टिस्ट सामने है, साडी एडी इंटलैक्चुअल है ना, साडा ये एसेट है साडा पंजाब दा, और ये अपने आप नूं इन्होंने सिनेमे नालों अलग करके एंकरिंग या कुछ अपने शोज तक मैं महदूद कर लिया सी, ते इन्हां दा सिनेमे च वापस आना साडी लास्ट फिल्म दे विच ये बड़ा चंगा लगा सी, और हुण फिर बहुत मजा आएगा। और बीएन जी ने कहा सी कि ये जहाज है, तो वाकई मैं मानदा जी मैं जहाज हाँ, पर जहाज च जब तक इदां दा इक वड्डा सारा पायलट ना ना होवे वो हैंगर च ही खड़ा रहिंदा जहाज, हैंगर च खड़े जहाज आ पायलट साहब, ये ऐसे जहाज नू चलाउण वाले ने जी, ये तां इशारा कर दें इन्हां दे रिमोट कंट्रोल दे जहाज उड़दे ने बीएन साहब, यू आर द सीनियर मोस्ट आर्टिस्ट ऑफ दिस इंडस्ट्री नाउ। सो मैं बड़ा अनूप जी का भी धन्यवादी हाँ कि देखो ना ये भी बड़े सालों तो साड़ी इंडस्ट्री में जुड़े ने, इन्होंने कई आर्टिस्ट सिंगर्स प्रमोट किए ने, नाल सिनेमे नूं प्रमोट कर रहे हैं, लाइव इवेंट्स का कल्चर पैदा किया इन्होंने पंजाब के। सो जो इदा की डायनामिक टीम जुड़ जाती है, और मेरे वीर कहते ग्रे शेड च कहते दाढ़ी भी ग्रे कमीज भी ग्रे, मैं क्या जिन्ना क नज़र आ रहा है उन्ना क ग्रे ही ग्रे इस तरह। तो अगों हम इन परफॉर्मेंस बारे तो कोई कहने की लड़ नहीं जी, क्योंकि द मोस्ट सीजनड आर्टिस्ट और अपने आप से इन्ना काम करते हैं, फिटनेस पर किन्ना ध्यान देंगे। सो मैं लगता है कि वी आर गोना मेक अ गुड टीम फॉर रेडुआ टर्म्स। थैंक यू सो वेरी मच। सो अनूप कुमार जी इल्यूमिनाटी जिन्होंने इस फिल्म नूं अपना म्यूजिक भी दिता, असीं प्रेजेंट टाइम दे म्यूजिक सुन चुके हैं, पास्ट म्यूजिक सुन चुके हैं, फ्यूचर च म्यूजिक किस तरह का होगा? सारी मीडिया का सब तो पहला बहुत बहुत शुक्रिया, थैंक यू, थोड़े करके असी बना तो कुछ भी नहीं, जब तक तुम ना उन्होंने चलना प्रमोट करो असं तो फिर इतने ही। सो पहले उन्होंने शर्मा जी का कभी बाजी का नाम था सप्पी मैम परमवीर बाजी वो भी बाकी सारी टीम, मैं लगता कि जिन्ना शिद्दत ने इस फिल्म में जुड़े हुआ पुराना प्यार है, एक होंगे ना कि पुरानी चीज़ में जुड़े होंगे एक अलग ही मजा होंगे, मैं लगता कि सारे फिल्म वाला फैमिली भी मैं काम कर लगे, मैं भी इस डेफिनेटली नाम ने शुरू से दसता से इस फिल्म का म्यूजिक के उत्ते काफ़ी 3 महीने तो काम कर रहे, एंड उम्मीद करता है कि असं फ्यूचर का म्यूजिक भी बनाया है तो पुराना भी बनाया है तो अज का भी बनाया है, तो बहुत वरायटी मिलेगी म्यूजिक से, एंड डेफिनेटली शर्मा जी की बहुत इन्वॉल्वमेंट है, म्यूजिक बहुत पसंद करते हैं, तो सारे गाने असं कई कई बार बनाए हैं, और सॉन्ग मेरा गला खराब है अज मैं गाँगा नहीं। सो म्यूजिक सबको पसंद आने वाला है, और नवनी जी ने मेहनत की थी इस फिल्म में, नो डाउट जिन्ना लोगों ने इन पिछली बार प्यार दिता मैं लगता है इस बार उस तो भी बढ़ के प्यार देंगे, बहुत बहुत मुबारक लगी सारी टीम में मेरी दोनों मुबारक, और बहुत बढ़िया प्रोग्राम बन के सामने आए। Along with the star cast and the producer.
ਉਹਨਾਂ ਕੋ ਬਚੇ ਹੋਏ ਹਨ ਦਾ ਲੀਡਿੰਗ ਲੇਡੀ ਆਫ ਦਾ ਫਿਲਮ ਆਇਰਾ ਸ਼ਰਮਾ ਵਿਲ ਬੀ ਜੁਆਇਨਿੰਗ ਅਸ ਵੈਰੀ ਸ਼ਾਰਟਲੀ